ਕਰ ਲਿਆ ਠੀਕ ਪੰਜਾਬ, ਥੋੜ੍ਹਾ ਜਿਹਾ 2 ਸਾਲ 'ਚ ਦਿਖਣ ਲੱਗ ਗਏ ਰੰਗ, ਥੋੜ੍ਹਾ ਜਿਹਾ ਹੋਰ ਟਾਈਮ ਦਿਓ, ਐਸੇ ਧਰਤੀ 'ਤੇ ਭੰਗੜੇ ਪੈਂਦੇ ਦਿਖਾਊਂਗਾ, ਐਸੇ ਧਰਤੀ 'ਤੇ ਗਿੱਧੇ, ਐਸੇ ਧਰਤੀ 'ਤੇ ਨੌਜਵਾਨ ਮੁੰਡੇ ਕੁਸ਼ਤੀਆਂ 'ਚ ਫਸਟ, ਕਬੱਡੀਆਂ 'ਚ ਫਸਟ, ਅਤੇ ਫੌਜਾਂ ਦੇ ਵਿੱਚ ਨੰਬਰ 1 ਵਾਲਾ ਆਉਣ ਵਾਲੇ ਮੁੰਡੇ ਬਣਨਗੇ ਸਾਡੇ ਧੀਆਂ ਪੁੱਤ। ਨੀਅਤ ਸਾਫ਼ ਚਾਹੀਦੀ ਹੈ। ਮੈਨੂੰ ਇੱਕ ਪੱਤਰਕਾਰ ਕਹਿੰਦਾ, ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇਸ ਕੁਰਸੀ 'ਤੇ ਬਹਿ ਕੇ ਵੱਡੇ ਵੱਡਿਆਂ ਦਿਮਾਗ ਖਰਾਬ ਹੋ ਜਾਂਦੇ ਨੇ, 2 ਸਾਲ ਤੋਂ ਵੱਧ ਹੋ ਗਿਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ? ਮੈਂ ਕਿਹਾ ਫਰਕ ਇੰਨਾ ਕੁ ਹੈ, ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਾ, ਬਸ ਆਹੀ ਹੈ ਫਰਕ। ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਟੈਲੀਵਿਜ਼ਨ 'ਤੇ ਫੋਟੋ ਆਵੇ, ਮੇਰੇ ਅਖਬਾਰ 'ਚ ਨਾਂ ਛਪੇ। 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ, ਹੁਣ ਤਾਂ ਇੱਕੋ ਹੀ ਚਾਹ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ, ਕਿਸੇ ਦੀ ਕਬੀਲਦਾਰੀ ਲੀਹ 'ਤੇ ਚੜ੍ਹੇ, ਇਹ ਮੈਨੂੰ ਚਾਹ ਹੈ ਇਕੱਲਾ ਬਸ, ਕਿ ਸੇਵਾ ਦਾ ਮੌਕਾ ਦੇਤਾ, ਇੱਦੂ ਵੱਡਾ ਹੋਰ ਮੌਕਾ ਕੀ ਮਿਲ ਜੂ? ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ, ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ, ਇੱਦੂ ਵੱਡਾ ਹੋਰ ਕੀ ਮਿਲ ਜੂਗਾ? ਸੋ ਸੇਵਾ 'ਚ ਲੱਗੇ ਹਾਂ, ਇੱਕ ਥੋੜ੍ਹਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ, ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ, ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ, ਆਪਣੇ ਪੈਸੇ ਰੱਖ ਜਾਂਦੇ, ਪੈਸੇ ਦੱਬ ਜਾਂਦੇ ਆ, 5,500 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ, ਪੈਸੇ ਨਹੀਂ ਦਿੰਦੇ, ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਰੱਖੇ ਆ, 8,000 ਕਰੋੜ ਰੁਪਈਆ ਰੋਕ ਰੱਖਿਆ, ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ, ਇਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ 'ਚ, ਇਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ, ਲੜ ਰਿਹਾ, ਤੁਹਾਡਾ ਪਿਆਰ ਹੈਗਾ ਮੇਰੇ ਨਾਲ, ਥੱਕਣ ਨਹੀਂ ਦਿੰਦਾ, ਨਾ ਹੀ ਲੜਾਈ ਤੋਂ ਭੱਜਾਂ। ਪਰ ਮੈਂ ਕਿਤੇ ਨੀਤੀ ਆਯੋਗ ਦੀ ਬੈਠਕ 'ਚ ਬੈਠਾ ਸੀ, ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ, ਸਾਨੂੰ ਪੈਸੇ ਦੇ ਦਿਓ। ਮੈਂ 2-3 ਵਾਰੀ ਜਦੋਂ ਕਿਹਾ, ਇੱਕ ਉੱਥੇ ਕੋਈ ਅਫਸਰ ਸੀ, ਉਹ ਮੇਰਾ ਫੈਨ ਪੁਰਾਣਾ, ਉਹ ਮੈਨੂੰ ਆ ਕੇ ਕਹਿੰਦਾ, ਪਰਾਂ ਜੇ ਲਿਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਣੇ। ਮੈਂ ਕਿਹਾ ਹੋਰ ਕਿੱਥੋਂ ਮਿਲਣਗੇ, ਇਹੀ ਤਾਂ ਨੀਤੀ ਆਯੋਗ ਹੈ, ਪੈਸੇ ਤਾਂ ਇੱਥੋਂ ਹੀ ਮਿਲਦੇ ਨੇ। ਕਹਿੰਦਾ ਨਾ, ਲੋਕਾਂ ਕੋਲ ਜਾਓ। ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਯਾਰ, ਲੋਕਾਂ ਨੇ ਤਾਂ 92 ਸੀਟਾਂ ਦੇ ਤੀਆਂ, ਹੁਣ ਲੋਕਾਂ ਕੋਲ ਕੀ ਕਰੀਏ? ਕਹਿੰਦਾ ਨਾ, ਉਹ ਲੋਕ ਵਿਧਾਨ ਸਭਾ ਵਾਲੀਆਂ ਨੇ, ਲੋਕ ਸਭਾ ਵਾਸਤੇ ਜਾਓ, ਇਕੱਲਾ 13 ਦੀਆਂ 13 ਸੀਟਾਂ ਜਿੱਤ ਲਿਓ, ਮਜ਼ਾ ਲੈ, ਇੱਥੇ ਤੁਹਾਡਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦੇਣੇ ਆ, ਇਹ ਕਾਨਾ ਵੀ। ਮੈਂ ਉਸ ਕੰਮ ਆਇਆ ਤੁਹਾਡੇ ਕੋਲ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ 'ਚ ਗੂੰਜਣ, ਮੈਨੂੰ 13 ਹੱਥ ਦੇ ਦਿਓ ਜਿਹੜੇ ਪਾਰਲੀਮੈਂਟ 'ਚ ਜਾ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਮੁੱਠੀ ਬੰਦ ਕਰਕੇ ਲਾਉਣ। 10 ਸਾਡੇ ਕੋਲ ਪਹਿਲੇ ਹੀ ਨੇ ਉੱਥੇ, ਰਾਜ ਸਭਾ ਵਾਲੇ, ਕੁਰੂਕਸ਼ੇਤਰਾ ਜਿੱਤਾਂਗੇ, ਦਿੱਲੀ ਤੋਂ ਜਿੱਤ ਰਹੇ ਹਾਂ, ਗੁਜਰਾਤ 'ਚੋਂ ਜਿੱਤ ਰਹੇ ਹਾਂ। ਜਦੋਂ ਉੱਥੇ 30-40 ਹੋ ਗਏ ਨਾ, ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ ਪੰਜਾਬ ਦਾ ਪੈਸਾ। ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ, ਕਿਉਂਕਿ ਸਾਰੇ ਵਿਹਲੇ ਹੋ ਜਾਣਗੇ। ਤਾਂ ਫਿਰ ਆ ਜਿਹੜੇ ਫਿਰਦੇ ਨੇ, ਇਹ ਤਾਂ ਆਰਾਮ ਨਾਲ ਵਿਹਲੇ ਹੋ ਜਾਣਗੇ, ਮੁੜ ਕੇ ਘਰੇ ਪੈ ਜਾਣਗੇ ਵੀ ਛੱਡੋ ਪਰੇ ਯਾਰ, ਬਹੁਤ ਮਿਹਨਤਾਂ ਕਰ ਲਈਆਂ, ਲੋਕ ਨਹੀਂ ਮੰਨਦੇ, ਲੋਕ ਤਾਂ ਹੁਣ ਸੱਚ ਨਾਲ ਹੀ ਹੋ ਗਏ, ਸਾਡੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ, ਇਹ ਘਰੇ ਬਹਿ ਜਾਣਗੇ ਆਰਾਮ ਨਾਲ, ਨਹੀਂ ਤਾਂ ਤੜਕੇ ਹੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ। ਸਭ ਤੋਂ ਪਹਿਲਾਂ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ। ਸਾਰਿਆਂ ਨੂੰ ਕਰੋ ਵਿਹਲੇ ਅਤੇ ਆਪਾਂ ਕਰੀਏ ਕੰਮ, ਬਹੁਤ ਹੋ ਗਿਆ, 70 ਸਾਲ ਹੋ ਗਏ, ਲੇਟ ਹਾਂ ਪਹਿਲਾਂ ਹੀ, ਅਤੇ ਆਪਾਂ ਕੰਮ ਕਰੀਏ, ਕਿਉਂਕਿ ਜਦੋਂ ਇੰਨੀ ਤਾਕਤ ਹੋ ਜੂਗੀ, ਪੋਲੀਟੀਕਲ ਤਾਕਤ, ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ।